ਦੋ ਚੀਜ਼ਾਂ ਤੇ ਅਸੀਂ ਫਿਲਮ ਬਣਾਈ ਹੈ, ਇੱਕ ਤਾਂ ਮੈਂ ਅਸੀਂ ਫਰਕ ਦੱਸਣਾ ਚਾਹਿਆ ਕਿ ਸਟੱਡੀਜ਼, ਐਜੂਕੇਸ਼ਨ ਤੇ ਕੁਆਲੀਫਿਕੇਸ਼ਨ, ਇਹ ਤਿੰਨ ਚੀਜ਼ਾਂ ਅਲੱਗ ਅਲੱਗ ਨੇ, ਅਸੀਂ ਪੜ੍ਹਾਈ ਜੀ ਸਾਰੇ ਇਕੱਠੀ ਕਰ ਦਿੰਦੇ ਹਾਂ। ਸਟੱਡੀਜ਼ ਤਾਂ ਹੁੰਦੀਆਂ ਜਿਹੜੀਆਂ, ਮੇਰੇ ਵਰਗਾ ਨਲਾਇਕ ਬੰਦਾ ਕਿਤਾਬ ਆਉਂਦਾ ਜਾਂਦਾ, ਰਾਜ ਪੜ੍ਹਦਾ ਰਹਿੰਦਾ, ਕੋਈ ਅੱਛਾ ਆਰਟੀਕਲ ਆ ਗਿਆ ਉਹ ਪੜ੍ਹ ਲਿਆ, ਕੋਈ ਗੂਗਲ ਤੇ ਸਰਚ ਮਾਰ ਕੇ ਕੋਈ ਚੀਜ਼ ਪੜ੍ਹ ਲਈ, ਇਤਿਹਾਸ ਪੜ੍ਹ ਲਿਆ, ਉਹ ਮੇਰਾ ਇੰਟਰਸਟ ਹੈ, ਉਹ ਸਟੱਡੀਜ਼ ਨੇ। ਕੁਆਲੀਫਿਕੇਸ਼ਨ ਉਹ ਜਿਹੜੀ ਕਾਲਜ ਨੇ ਦਿੱਤੀ ਹੈ ਮੈਨੂੰ, ਮੈਂ ਜਿੰਨਾ ਮਰਜ਼ੀ ਪੜ੍ਹ ਲਵਾਂ, ਮੇਰਾ ਕਾਲਜ ਕਹਿੰਦਾ ਸਾਰਾ ਤੂੰ ਬੀ ਏ ਹੀ ਹੈ, ਬਸ ਇੱਦੂ ਗਾਹ ਹੈ ਨਹੀਂ ਤੂੰ, ਉਹ ਕੁਆਲੀਫਿਕੇਸ਼ਨ ਹੈ। ਤੇ ਜਿਹੜੀ ਐਜੂਕੇਸ਼ਨ ਹੈ ਉਹ ਤੁਹਾਨੂੰ ਜੰਮਦਿਆਂ ਮਾਂ ਦੀ ਗੋਦੀ 'ਚੋਂ ਮਿਲਣੀ ਸ਼ੁਰੂ ਹੋ ਜਾਂਦੀ ਹੈ, ਉਹ ਤੁਹਾਡੇ ਪੇਰੈਂਟਸ ਤੁਹਾਨੂੰ ਸੰਸਕਾਰ ਦਿੰਦੇ ਨੇ। ਸੋ ਮੈਂ ਇਹ ਬੇਨਤੀ ਕਰ ਰਿਹਾ ਕਿ ਇਸ ਫਿਲਮ ਦੇ ਵਿੱਚ ਕਿ ਐਜੂਕੇਸ਼ਨ ਤੁਹਾਨੂੰ ਦੇਣੀ ਹੈ, ਤੁਹਾਡੇ ਇਨਵਾਇਰਮੈਂਟ ਨੇ, ਤੁਹਾਡੇ ਪੇਰੈਂਟਸ ਨੇ, ਤੁਹਾਡੇ ਟੀਚਰਸ ਨੇ ਐਜੂਕੇਸ਼ਨ ਦੇਣੀ, ਕੁਆਲੀਫਿਕੇਸ਼ਨ ਦੇਣੀ ਹੈ ਸਿਸਟਮ ਨੇ, ਔਰ ਸਟੱਡੀਜ਼ ਜਿਹੜੀਆਂ ਨੇ ਤੁਹਾਡੇ ਆਪਣੇ ਸ਼ੌਕ ਨੇ ਤੁਹਾਨੂੰ ਕਰਾਉਣੀਆਂ। ਸੋ ਇੱਕ ਇਸ ਚੱਕਰ ਦੇ ਵਿੱਚ ਫਸੇ ਫਸੇ ਕਿਤੇ ਨਾ ਕਿਤੇ ਅਸੀਂ ਆਪਣੇ ਰਿਲੇਸ਼ਨਸ਼ਿਪ ਨੂੰ ਇੰਜੋਏ ਕਰਨਾ ਬੰਦ ਕਰ ਦਿੰਦੇ ਹਾਂ, ਅਸੀਂ ਆਪਣੇ ਬੱਚਿਆਂ ਤੋਂ ਦੂਰੀ ਬਣਾ ਲੈਂਦੇ ਹਾਂ, ਇੱਕ ਟਾਈਮ 'ਤੇ ਅਸੀਂ ਬਣਾਉਂਦੇ ਹਾਂ, ਫਿਰ ਬੱਚੇ ਸਾਡੇ ਤੋਂ ਦੌੜਨ ਲੱਗ ਪੈਂਦੇ ਆ ਵੀ ਪਿਓ ਨੇ ਇਹੀ ਗੱਲ ਕਰਨੀ ਹੈ, ਮਾਂ ਨੇ ਜਦੋਂ ਡਾਂਗ ਚੁੱਕਣੀ ਇਸੇ ਕੰਮ 'ਤੇ ਚੁੱਕਣੀ ਹੈ ਵੀ ਤੇਰੇ ਨੰਬਰ ਜਿਹੜੇ ਗੁਆਂਢੀਆਂ ਦੇ ਮੁੰਡੇ ਦੇ 98.98 ਆਏ ਨੇ, ਤੇਰੇ 98.2 ਕਿਉਂ ਆਏ ਨੇ, ਬੱਚੇ ਕੋਲ ਜਵਾਬ ਹੀ ਨਹੀਂ ਉਸ ਗੱਲ ਦਾ ਹੁੰਦਾ। ਔਰ ਅੱਜ ਮਾਂ ਨੇ ਬੱਚੇ ਨਾਲ ਰਿਲੇਸ਼ਨਸ਼ਿਪ ਇੰਜੋਏ ਕਰਨਾ ਬੰਦ ਕਰ ਦਿੱਤਾ ਕਿ ਮੈਨੂੰ ਤਾਂ ਭੈੜਾ ਬੋਮੇ, ਉਹਨੂੰ ਮੇਰੇ ਸਾਹਮਣੇ ਲਿਆ, ਮੈਨੂੰ ਜ਼ਹਿਰ ਲੱਗਦਾ, ਬੱਚਾ ਵੀ ਐਸਕੇਪ ਕਰਨ ਲੱਗ ਪੈਂਦਾ। ਪਿਓ ਕਹਿੰਦਾ ਤੇਰੇ ਵਰਗਾ ਨਖਿੱਤ, ਤੇਰੇ ਵਰਗੀ ਵਾਹੀਆਤ ਔਲਾਦ ਨਹੀਂ ਕਿਸੇ ਦੇ ਘਰ ਜੰਮੀ, ਉਹ ਇਹਦੇ ਨਾਲ ਚੰਗਾ ਤਾਂ ਨਾ ਜੰਮਦਾ ਸਾਡੇ ਘਰ ਤੋਂ, ਇਸ ਕੰਮ ਨੂੰ ਬੱਚਾ ਜੰਮੇ ਅਸੀਂ ਕੱਲ੍ਹ ਨੂੰ ਇੱਦਾਂ ਅਸੀਂ ਅਬਿਊਸ ਕਰਾਂਗੇ ਉਹਨੂੰ, ਉਹਦਾ ਕੋਈ ਕਸੂਰ ਨਹੀਂ ਹੈ। ਜਿੱਦਣ ਅਸੀਂ ਰੋਜ਼ ਇੱਕ ਗੱਲ ਠੋਕ ਠੋਕ ਕੇ ਕਹਿ ਰਹੇ ਹਾਂ ਤੇਰੇ ਵਰਗੀ ਨਲਾਇਕ ਔਲਾਦ ਗੰਦਾ ਸਾਡੇ ਘਰ ਜੰਮ ਪਿਆ, ਜਿੱਦਣ ਉਹਨੇ ਮੰਨ ਲਿਆ ਨਾ, ਜਿੱਦਣ ਉਹਦੇ ਅੰਦਰ ਇਨਫਿਨਿਟੀ ਕੰਪਲੈਕਸ ਆ ਗਿਆ ਕਿ ਮੈਂ ਆਪਣੇ ਘਰਦਿਆਂ ਦੇ ਘਰ ਨਖਿੱਧ ਜੰਮ ਪਿਆ, ਮੈਂ ਆਪਣੇ ਮਾਂ ਪਿਓ ਲਈ ਅਭਿਸ਼ਾਪ ਹਾਂ, ਆਪਣੇ ਘਰਦਿਆਂ ਲਈ ਸਰਾਪ ਹਾਂ, ਉਹਦਾ ਤੁਸੀਂ ਡਿਪਰੈਸ਼ਨ ਨਹੀਂ ਕਦੀ ਦੂਰ ਕਰ ਪਾਓਗੇ ਜਿੱਦਣ ਉਸ ਚੀਜ਼ ਨੂੰ ਉਤਰ ਗਿਆ ਇਸ ਚੀਜ਼ ਦੇ ਅੰਦਰ। ਅੱਛਾ ਪੇਰੈਂਟਸ, ਅੱਛੇ ਪੇਰੈਂਟਸ ਆਪਣੇ ਮਾਂ ਪਿਓ ਬੱਚੇ ਦਾ ਮਨੋਬਲ ਵਧਾਉਂਦੇ ਨੇ, ਯੈਸ ਯੂ ਕੈਨ ਡੂ ਇਟ, ਤੇ ਅਸੀਂ ਮਨੋਬਲ ਗਿਰਾਨੇ ਆਪਣੇ ਬੱਚੇ ਦਾ, ਤੇਰੇ ਤੋਂ ਨਹੀਂ ਹੋਣਾ, ਖੋਤੇ ਨੂੰ ਐਵੇਂ ਪਾਤਾ ਸੀ ਨੋਨ ਮੈਡੀਕਲ ਲੱਗਦੇ ਤਾਂ ਪਿਓ ਨੇ ਕਰਨਾ ਨੋਨ ਮੈਡੀਕਲ, ਮਾਂ ਕਹਿੰਦੀ ਤੇਰੀ ਥਾਂ ਤੇ ਜਾ ਕੇ ਮੈਂ ਪੜਿਆ ਕਰਾਂ, ਕੁੱਤਿਆ ਗੰਦ ਪਾਏ ਤੇਰੇ ਕਰਕੇ ਪਿਓ ਨਾਲ ਲੜਾਈ ਹੁੰਦੀ ਮੇਰੀ, ਇਹੀ ਹੁੰਦਾ ਘਰਾਂ 'ਚ, ਬੱਚੇ ਕਰਕੇ ਲੜਾਈ ਨਹੀਂ ਹੁੰਦੀ, ਤੁਹਾਡੇ ਆਪਣੇ ਫੀਅਰਸ ਕਰਕੇ, ਆਪਣੇ ਖੌਫ ਕਰਕੇ ਲੜਾਈ ਹੁੰਦੀ ਹੈ ਆਪਸ ਮੀਆਂ ਬੀਵੀ ਦੀ, ਤੁਹਾਨੂੰ ਪਤਾ ਨਹੀਂ ਕਾਹਦਾ ਡਰ ਹੈ, ਕਾਹਦੇ ਖੌਫ ਨੇ, ਆਹ ਤੁਹਾਡੇ ਸਾਹਮਣੇ ਜਿੰਨੇ ਬੈਠੇ ਓਨੈਸਟਲੀ ਸਪੀਕਿੰਗ ਸਾਰੇ ਬੈਕ ਬੈਂਚਰ ਹਾਂ ਅਸੀਂ, ਅਸੀਂ ਸਾਰੇ ਬੈਕ ਬੈਂਚਰ ਹਾਂ, ਸਾਨੂੰ ਇੱਕ ਦੂਜੇ ਦੀਆਂ ਕੰਪਾਰਟਮੈਂਟਸ ਦਾ ਪਤਾ, ਰੀਅਪੀਅਰ ਕਿੰਨੀਆਂ ਆਈਆਂ, ਤੁਸੀਂ ਕਿੱਦਾਂ ਸੀ, ਮਿਡਲ ਜੇ ਬਸ ਠੀਕ ਹੈ, ਤੁਹਾਡੇ ਕਾਹਦੇ ਪੜ੍ਹਾਈ ਤੇ ਥੋੜ੍ਹਾ ਛਿੱਤਰਾਂ ਦਾ ਨੰਬਰ ਹੋਏ, ਇਹ ਤਾਂ ਕੁੜੀਆਂ ਨੂੰ ਸਗੋਂ ਈਜ਼ੀ ਈਜ਼ੀ ਮਿਲਦੀਆਂ ਹੁੰਦੀਆਂ ਪਨਿਸ਼ਮੈਂਟ, ਹੱਥ ਖੜੇ ਕਰ ਲਓ, ਸਾਨੂੰ ਪਤਾ ਨਾ ਜਦੋਂ ਮੁਰਗਾ ਬਣ ਕੇ ਪੂਰਾ ਚੱਕਰ ਲੱਗਦਾ ਹੈ, ਫਲੈਕਸੀਬਲ ਹੋ ਜਾਂਦੀ ਸਾਡੀ ਬੋਡੀ। ਸੋ ਕਹਿਣ ਦਾ ਮਤਲਬ ਕਿ ਅਸੀਂ ਬੱਚੇ ਨਾਲ ਇੱਕ ਰਿਲੇਸ਼ਨਸ਼ਿਪ ਨੂੰ ਇੰਜੋਏ ਨਹੀਂ ਕਰ ਪਾ ਰਹੇ, ਅਸੀਂ ਰਿਸ਼ਤਾ ਨਹੀਂ ਇੰਜੋਏ ਕਰ ਪਾ ਰਹੇ, ਆਪਣੀ ਬੇਟੀ ਹੋਵੇ ਜਾਂ ਬੇਟਾ, ਅਸੀਂ ਬੇਟੀ ਨੂੰ ਵੀ ਇਹੀ ਕਹਿੰਦੇ ਹਾਂ ਕੱਲ੍ਹ ਨੂੰ ਮਰ ਜਾਣੀ ਹੈ, ਕਿੱਥੇ ਜਾਣਾ ਹੀ ਵਿਆਹ ਕੇ, ਕਿੱਥੇ ਤੈਨੂੰ ਲਾਵਾਂਗੇ, ਲੱਗਣੀ ਨਹੀਂ ਕੁੜੀ ਕਿਸੇ ਪਾਸੇ, ਇਹੀ ਕਹਿੰਦੀਆਂ ਮਾਵਾਂ। ਯਾਰ ਉਹਦੇ ਸਕਿੱਲਸ ਤਾਂ ਦੇਖ ਲਓ, ਆਹ ਬੈਕ ਬੈਂਚਰ ਆ, ਮੈਂ ਬੈਕ ਬੈਂਚਰ ਹਾਂ, ਸੁਮੀਤ ਭਾਜੀ ਵੀ ਬੈਕ ਬੈਂਚਰ ਨੇ ਦੱਸਿਆ ਮੈਨੂੰ ਇਹਨਾਂ ਨੇ, ਇਹਦੇ ਘਰਦਿਆਂ ਨੇ ਕਹਿਤਾ ਜੇ ਤੁਸੀਂ ਇਹਨੂੰ ਦੁਬਾਰਾ ਸਕੂਲੇ ਲਿਆਏ ਤਾਂ ਛੋਟਾ ਵੀ ਕੱਢ ਦੇਣਾ ਸਕੂਲ 'ਚੋਂ। ਸੋ ਕਹਿਣ ਦਾ ਮਤਲਬ ਕਿ ਤੁਸੀਂ ਸਾਡੇ ਸਕਿੱਲਸ ਨੂੰ ਕਦੇ ਪਹਿਚਾਣ ਲਓ, ਬੱਚੇ ਦੇ ਨੂੰ ਹੋ ਸਕਦਾ ਉਹਨੇ ਕੁਛ ਹੋਰ ਬਣਨਾ ਹੋਵੇ, ਸਾਡੇ ਟੀਚਰ ਸਾਨੂੰ ਟੀਜ਼ ਕਰਦੇ ਰਹੇ ਨੇ, ਮੈਨੂੰ ਅੱਜ ਵੀ ਉਹ ਟੀਚਰ ਯਾਦ ਨੇ, ਮੈਂ ਨਾਂ ਨਹੀਂ ਲੈਣਾ, ਘਰ ਬੈਠੇ ਸ਼ਰਮਿੰਦੇ ਹੋ ਜਾਣਗੇ ਵਿਚਾਰੇ, ਜਿਹਨਾਂ ਮੇਰਾ ਨਾਂ ਕਹਾਣੀ ਕਰ ਰੱਖਿਆ ਸੀ, ਸੋ ਮੈਨੂੰ ਮੇਰੀ ਛੇੜ ਪਾਤੀ ਸੀ ਸਕੂਲੇ ਕਹਾਣੀ ਕਰ, ਪਰ ਮੈਨੂੰ ਆਉਂਦੀਆਂ ਕਹਾਣੀਆਂ ਸੀ, ਮੈਂ ਕੀ ਕਰਾਂ, ਪਰ ਕਹਾਣੀ ਮੇਰੇ ਕੋਲੋਂ ਤੁਸੀਂ ਬੀ ਏ ਦੀ ਵੀ ਸੁਣ ਲਓ, ਮੈਂ ਆਪਣੇ ਭਰਾ ਦੇ ਬੀ ਏ ਦਾ ਸਿਲੇਬਸ ਪੜਿਆ ਹੋਇਆ ਸੀ 7ਵੀਂ ਦੇ ਵਿੱਚ, ਮੇਰੇ ਕੋਲ ਤੁਸੀਂ ਉਦੋਂ ਦੀ ਇਕਾਂਗੀ ਪੜ੍ਹ ਲਓ, ਮੈਂ ਹਿਸਟਰੀ, ਮੈਨੂੰ ਹਿਸਟਰੀ ਕਿੱਦਾਂ ਯਾਦ ਹੁੰਦੀ ਸੀ, ਜਿੱਦਾਂ ਦੱਸ ਰਿਹਾ ਸੀ ਕਪਿਲ ਹੋਣੇ ਕਿ ਹਿਸਟਰੀ ਨਹੀਂ ਯਾਦ ਹੁੰਦੀ ਸੀ, ਮੈਂ ਡਰਮੈਟਿਕ ਤਰੀਕੇ ਨਾਲ ਯਾਦ ਕਰ, ਬਾਬਰ ਬਾਦ, ਹਮਾਯੂ, ਅਕਬਰ, ਜਹਾਂਗੀਰ ਦੀ ਸ਼ਾਹੀ, ਰਾਈਮ 'ਚ ਯਾਦ ਕਰ ਲਿਆ ਹੋਇਆ ਸੀ, ਨਾਲ ਪਤਾ ਨਹੀਂ ਇੰਨਾ 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 ਤੇ ਸਨ 1927 ਰਾਈਮ 'ਚ ਯਾਦ ਕਰ ਲਿਆ, ਇੱਕ ਵੀਡੀਓ ਦੇਖਿਆ, ਉਹ ਡਰਾਮਾ ਹੀ ਕੰਮ ਆਇਆ ਸੀ ਮੇਰੇ। ਹਾਂਜੀ ਸਰ, ਕੱਲ੍ਹ ਇੱਕ ਵੀਡੀਓ ਦੇਖਿਆ, ਪਹਿਲੇ ਕਿਸੇ ਨੇ ਵਟਸਐਪ 'ਤੇ ਭੇਜਿਆ, ਮੇਰੇ ਕੋਲ ਹੈ ਵੀ ਹੈ, ਮੈਂ ਫਿਨਿਸ਼ ਕਰਕੇ ਤੁਹਾਨੂੰ ਦਿਖਾਊਂਗਾ। ਉਹ ਬੰਦੇ ਨੂੰ ਨਾ ਮਿਊਜ਼ਿਕ ਦਾ ਸ਼ੌਂਕ ਸੀ, ਔਰ ਉਹਨੂੰ ਕਿਸੇ ਨੇ ਐਪਲੀਕੇਸ਼ਨ ਪੁੱਛੀ ਸਿੱਖ ਲਈ ਦੀ, ਉਹਨੇ ਕੰਪੋਜੀਸ਼ਨ ਯਾਦ ਕੀਤੀ ਹੁੰਦੀ, ਟੂ ਦਾ ਘੁੰਮਾ ਦੇ, ਉਹਨੂੰ ਯਾਦ, ਪਰ ਉਹਨੇ ਕਿਸੇ ਤਰੀਕੇ ਰੱਟਾ ਤੇ ਮਾਰ ਲਿਆ, ਪਰ ਵੱਡਾ ਹੋ ਗਿਆ ਮਤਲਬ, ਬਿਲਕੁਲ ਅੱਗੇ ਕੌਮਾ ਵੀ ਪਾਉਂਦਾ ਉਹ ਕੌਮਾ। ਅਸੀਂ ਸਕੂਲ ਜਾਂਦੇ, ਮੈਨੂੰ ਇੱਕ ਨਾ ਸ਼ਬਦ ਨਹੀਂ ਸੀ ਯਾਦ ਹੁੰਦਾ ਹਿਸਟਰੀ 'ਚ, ਹੁੰਦਾ ਸੀ ਕਰੈਕਟਰ ਇਬਨ ਬਤੂਤਾ, ਮੈਨੂੰ ਤਾਂ ਨਾਂ ਭੁੱਲ ਜਾਂਦਾ ਹੁੰਦਾ ਸੀ, ਮੈਨੂੰ ਉਹਦੇ ਪਰ ਦੋ ਵਾਰੀ ਮਾਰ ਪੈ ਗਈ, ਮੈਂ ਹੋਰ ਹੀ ਕਹਿ ਦਿੰਦਾ, ਇਬਨ ਸ਼ਾਹ ਕਹਿ ਦਿੰਦਾ ਹੁੰਦਾ ਸੀ ਕੁਛ ਨੇ,
ਉਹ ਮੈਂ ਕੀ ਕੀਤਾ ਜੀ ਇੱਕ ਦਿਨ ਮੈਨੂੰ ਯਾਦ ਮੈਂ ਕਿੱਦਾਂ ਯਾਦ ਆਉਣਾ ਮੈਂ ਘਰੋਂ ਸਾਈਕਲ ਤੇ ਤੁਰਿਆ ਸਕੂਲ ਜਾਣ ਵਾਸਤੇ ਮੈਂ ਉੱਚੀ ਉੱਚੀ ਜਿਹੜਾ ਸੁਣਦਾ ਸੁਣੀ ਜਾਵੇ ਮੈਨੂੰ ਬਤੂਤਾ ਬੱਚੇ ਨੂੰ ਪੜਾਇਆ ਜਾਵੇ ਸ਼ਾਂਤੀ ਨਾਲ ਪਿਆਰ ਨਾਲ ਉਹਨੂੰ ਇਨਕਰੇਜ ਕਰਕੇ ਪੜਾਇਆ ਜਾਵੇ ਤੇ ਕਿਉਂ ਨੀ ਬੱਚਾ ਪੜ ਸਕਦਾ ਸੋ ਅਸੀਂ ਹਰ ਚੀਜ਼ ਨੂੰ ਹਾਈਲਾਈਟ ਕੀਤਾ ਕਿ ਰਿਲੇਸ਼ਨਸ਼ਿਪ ਐਜੂਕੇਸ਼ਨ ਔਰ ਸਿਸਟਮ ਇਹ ਸਾਰੇ ਰਲ ਕੇ ਕਿਵੇਂ ਖੂਬਸੂਰਤ ਜ਼ਿੰਦਗੀ ਜੀ ਸਕਦੇ ਨੇ ਪਰ ਸਾਰੇ ਨਰਕ ਜੀ ਰਹੇ ਨੇ ਬਿਲਕੁਲ ਜੀ ਮੂਵੀ ਇੱਕ ਮੋਟੀਵੇਸ਼ਨਲ ਮੂਵੀ ਹੈ ਔਰ ਐਂਟਰਟੇਨਮੈਂਟ ਨਾਲ ਭਰੀ ਹੋਈ ਹੈ ਜਿਹਦੇ ਵਿੱਚ ਬੀ ਐਨ ਸ਼ਰਮਾ ਕਰਮਜੀਤ ਅਨਮੋਲ ਹਾਰਬੀ ਸੰਘਾ ਇਹ ਸਾਰੇ ਕਲਾਕਾਰ ਵੀ ਕੰਮ ਕਰ ਰਹੇ ਨੇ ਜਿੱਥੇ ਲਾਫਟਰ ਦੀ ਡੋਜ਼ ਹੈ ਉਹ ਵੀ ਪੂਰੀ ਮਿਲੇਗੀ ਔਰ ਇਹ 'ਚ ਮਿਊਜ਼ਿਕ ਬਹੁਤ ਕਮਾਲ ਦਾ ਹੈ ਕਪਿਲ ਸ਼ਰਮਾ ਨੇ ਇਹਦੇ ਵਿੱਚ ਦੋ ਗਾਣੇ ਵੀ ਗਾਏ ਨੇ ਕਪਿਲ ਸ਼ਰਮਾ ਨੇ ਪ੍ਰੋਡਿਊਸ ਕੀਤਾ ਨਾਲ ਸੈਵਨ ਕਲਰਸ ਮੋਸ਼ਨ ਪਿਕਚਰ ਨੇ ਇਹਨੂੰ ਪ੍ਰੋਡਿਊਸ ਕੀਤਾ ਵਿਕਰਮ ਗਰੋਵਰ ਇਹਦੇ ਡਾਇਰੈਕਟਰ ਨੇ ਜਪਜੀ ਖਹਿਰਾ ਨੇ ਬਹੁਤ ਸੋਹਣਾ ਇਹਦੇ ਵਿੱਚ ਕਰੈਕਟਰ ਪਲੇ ਕੀਤਾ ਪਰ ਜਿਹੜਾ ਇਹਦੇ ਆਪਾਂ ਜਰਮ ਦੀ ਗੱਲ ਕਰੀਏ ਜੇ ਇਹਦੇ ਜ਼ਿਸਟ ਦੀ ਗੱਲ ਕਰੀਏ ਉਹ ਇਹ ਹੈ ਕਿ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਪੜ੍ਹਾਈ ਦਾ ਇੱਕ ਟੈਬੂ ਹੈ ਇੱਕ ਇਹਨੂੰ ਤੋੜਦੇ ਹੋਏ ਇਹਨੂੰ ਇਸ ਸ਼ੈਲ ਨੂੰ ਤੋੜ ਕੇ ਜੋ ਬਾਹਰ ਨਿਕਲੋ ਬੱਚੇ ਨੂੰ ਅੱਛੀ ਐਜੂਕੇਸ਼ਨ ਦਿਓ ਘਰੋਂ ਵੀ ਮਿਲਦੀ ਹੈ ਸਕੂਲ 'ਚੋਂ ਵੀ ਮਿਲਦੀ ਹੈ ਸਕੂਲ ਸਿਰਫ ਕੁਆਲੀਫਿਕੇਸ਼ਨ ਦਿੰਦਾ ਐਜੂਕੇਸ਼ਨ ਦੀ ਕੋਈ ਲਿਮਿਟ ਨਹੀਂ ਹੁੰਦੀ ਮੈਂ ਇੱਕ ਵਾਰੀ ਗ੍ਰੈਜੂਏਸ਼ਨ ਕਰ ਲਈ ਮੈਂ ਦੁਬਾਰਾ ਜਾਵਾਂਗਾ ਮੈਨੂੰ ਐਡਮਿਸ਼ਨ ਹੀ ਨਹੀਂ ਮਿਲਣਾ ਤੂੰ ਗ੍ਰੈਜੂਏਸ਼ਨ ਕਰ ਲਈ ਹੋਈ ਹੈ ਜੇ ਦੁਬਾਰਾ ਵੀ ਕਰ ਵੀ ਲਾਂਗੇ ਤੈਨੂੰ ਗ੍ਰੈਜੂਏਸ਼ਨ ਹੀ ਕਹਿਣਗੇ ਮੇਰੀ ਪੜ੍ਹਾਈ 'ਚ ਕੋਈ ਗਰੋਥ ਨਹੀਂ ਹੋਏਗੀ ਪਰ ਐਜੂਕੇਸ਼ਨ ਜਿਹੜੀ ਹੈ ਉਹ ਸਾਰੀ ਜ਼ਿੰਦਗੀ ਬੰਦਾ ਕਰਦਾ ਰਹਿੰਦਾ ਭਾਵੇਂ 83 ਸਾਲ ਦੀ ਉਮਰ 'ਚ ਕਿਤਾਬ ਪੜ੍ਹ ਲਓ ਅੱਛੀ ਜਾਣਕਾਰੀ ਲੈ ਲਓ ਐਜੂਕੇਸ਼ਨ ਹੈ ਤਾਂ ਅਸੀਂ ਐਜੂਕੇਸ਼ਨ 'ਤੇ ਐਫਸਾਈਜ਼ ਕਰ ਰਹੇ ਹਾਂ ਔਰ ਰਿਲੇਸ਼ਨਸ਼ਿਪ ਬੌਂਡਿੰਗ ਨੂੰ ਨਾ ਮਰਨ ਦਿਓ ਬੱਚਿਆਂ ਨਾਲ ਪੇਰੈਂਟਸ ਦਾ ਇੱਕ ਰਿਲੇਸ਼ਨ 'ਚ ਕੁੜੱਤਣ ਆ ਰਹੀ ਉਹਨੂੰ ਨਾ ਆਉਣ ਦਿਓ ਰਿਲੇਸ਼ਨਸ਼ਿਪ ਨੂੰ ਇੰਜੋਏ ਕਰੋ ਇਹ ਹੈ ਫਿਲਮ ਆਰਟਿਸਟ ਜਾਂ ਤੁਹਾਡੇ ਜੋ ਵੀ ਉਹਦੇ ਵਿੱਚ ਐਜ਼ ਏ ਕਲਾਕਾਰ ਸੁਣਨ ਨੂੰ ਆ ਰਿਹਾ ਕਿ ਤੁਸੀਂ ਬਹੁਤ ਹੀ ਅੱਛਾ ਰੋਲ ਪਲੇ ਕੀਤਾ ਕੀ ਤੁਸੀਂ ਮੰਨਦੇ ਹੋ ਕਿ ਇਹ ਮੂਵੀ ਇੱਕ ਟਰਨਿੰਗ ਪੁਆਇੰਟ ਲੈ ਕੇ ਆਏਗੀ ਤੁਹਾਡੀ ਲਾਈਫ ਬਿਲਕੁਲ ਜੀ ਇਸ ਮੂਵੀ ਨੂੰ ਮੈਂ ਗੇਮ ਚੇਂਜਰ ਕਹਿੰਦਾ ਨਾ ਜਿਹੜੀ ਮੂਵੀ ਹੈ ਨਾ ਗੇਮ ਚੇਂਜ ਕਰ ਦੇਣੀ ਹੈ ਪੰਜਾਬੀ ਸਿਨੇਮਾ ਦੀ ਇੱਕ ਬਹੁਤ ਸਾਰੇ ਚੰਗੇ ਮੇਕਰਸ ਹੈਗੇ ਨੇ ਉਹਨਾਂ ਦਾ ਹੌਸਲਾ ਨਹੀਂ ਸੀ ਪੈ ਰਿਹਾ ਇਸ ਤੋਂ ਬਾਅਦ ਉਹਨਾਂ ਦਾ ਹੌਸਲਾ ਪਏਗਾ ਉਹ ਮੀਨਿੰਗਫੁਲ ਸਿਨੇਮਾ ਲੈ ਕੇ ਆਉਣਗੇ ਰਾਹ ਖੁੱਲਣਗੇ ਔਰ ਚੰਗੇ ਮੇਕਰਸ ਨੂੰ ਮੌਕਾ ਮਿਲੇਗਾ ਪ੍ਰੋਡਿਊਸਰਸ ਉਹਨਾਂ 'ਤੇ ਇਨਵੈਸਟ ਕਰਨਗੇ ਕਿ ਹਾਂ ਇੱਦਾਂ ਦੀ ਫਿਲਮ ਬਣਾ ਕੇ ਦਿਓ ਕਹਿਣਾ ਚਾਹਾਂਗਾ 12 ਅਕਤੂਬਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਫਿਲਮ ਜ਼ਰੂਰ ਦੇਖਣ ਜਾਓ ਬੱਚਿਆਂ ਨੂੰ ਦਿਖਾਓ ਬੱਚੇ ਪੇਰੈਂਟਸ ਰਲ ਕੇ ਫਿਲਮ ਦੇਖਣ ਔਰ ਮੈਂ ਤਾਂ ਇੱਕ ਹੋਰ ਗੱਲ ਕਹਿੰਦਾ ਹੁੰਦਾ ਕਿ ਤੁਸੀਂ ਜੇ ਐਜੂਕੇਸ਼ਨ ਸਿਸਟਮ ਸੈੱਟ ਕਰਨਾ ਤਾਂ ਪੀ ਟੀ ਐਮ ਰੋਜ਼ ਸਕੂਲਾਂ 'ਚ ਹੁੰਦਾ ਇੱਕ ਦਿਨ ਪੀ ਟੀ ਐਮ ਥੀਏਟਰ 'ਚ ਕਰ ਲਓ ਟੀਚਰਸ ਅਤੇ ਪੇਰੈਂਟਸ ਰਲ ਕੇ ਫਿਲਮ ਦੇਖ ਲਓ ਬੱਚੇ ਦੀ ਜਾਨ ਸੌਖੀ ਹੋ ਜਾਏਗੀ